सही काम बताओ भाई। थल्ले पैंटे निकी जी उत्ते कोटा उत्ते दो कमीजा थल्ले निकी जी पैंटी पाई आपा रीत तू पीके बन गया पीके आमिर खान मम्मा की दो दो ग्लास ठंडी ठंडे हो अच्छा मैं करे दो ग्लास अली मम्मा चाह पीनी है मैं चला ठंडी कर दूं अच्छा अच्छा हाँ जी चाची जी तू ही बड़ी दुकान ला के बैठे जी मैं क्या जसमीत नु ना सूट नहीं कदी ला के दिता तो सूट ले अच्छा सूट ले आई जी तेरा सूट आ रही बाल दा यार नाल सी मम्मी ना मार अच्छा नहीं तो इन्नी खेचल इन्नी खेचल ਦੀਆਂ ਪੁੱਤਾਂ ਨਾਲੋਂ ਵੀ ਚੰਗਾ ਹੁੰਦਾ ਆ ਮੰਮੀ ਦਾ ਸੂਟ ਅੱਛਾ ਆ ਡੈਡੀ ਦਾ ਆ ਫਾਲ ਠੀਕ ਉਹ ਵੇਖੋ ਉਹ ਆਪਣਾ ਹੀ ਸਮਾਨ ਕੱਢ ਕੇ ਬੈਠੀ ਤੇ ਆ ਕਿੰਨਾ ਸੋਹਣਾ ਇਹਨੂੰ ਲੱਗਦਾ ਉਹ ਚਾਚੀ ਨੂੰ ਵਿਖਾਲਣ ਲਈ ਆ ਵੀ ਮੈਂ ਉਹ ਚਾਚੀ ਨੂੰ ਵਿਖਾਲਣ ਦੀ ਮੇਰਾ ਸਮਾਨ ਵੇਖ ਲਓ ਕਹਿੰਦੀ ਉਹ ਆਪਣਾ ਸੂਟ ਵੇਖ ਮੈਂ ਕਹਿੰਨੀ ਬੜਾ ਸੋਹਣਾ ਤੇ ਸਾਡੇ ਦੋਵਾਂ ਦੇ ਇੱਕੋ ਜਿਹੇ ਮੰਮੀ ਦਾ ਤੇ ਤੇਰਾ ਆਹ ਠੀਕ ਨੇ ਤੇ ਸਿਮੋ ਕੇ ਪੈਸੇ ਨਾ हाय शोना ओ तू भी देख ला 1000 रुपया दिता वा बच्चियां दे कपड़े हां कपड़े ला लो जितना मर्जी प्रीत दिवालियां नु पाई हुन अजे हुन कन्न बनाऊंगी फेर ही आ अजे ते औखा ही काम अजे कन्न नहीं ना विच इहदे अजे मेरा जीव नहीं करदा बनाउन नु मैं कह पीड़ बड़ी होनी है इहदे हजे नहीं हुन जानी है हुन सो इन्ने बना लेने है सारे कान मेरे हिसाब ने सेक किते सही गल मम्मी जी किवें लगा फिर सूट तुहानू साडा ਵਧੀਆ ਨੋ ਸੱਸ ਦੇ ਇੱਕੋ ਜੇ ਅਜੇ ਫਲ ਹੁੰਦੇ ਤੇ ਉਹਨਾਂ ਨੇ ਕੋਈ ਨਾ ਕੋਈ ਮਖੌਲ ਕਰਨਾ ਅਜੇ ਫਲ ਹੁੰਦੇ ਨਾ ਉਹਨਾਂ ਨੇ ਕੋਈ ਨਾ ਕੋਈ ਟਿਕਚਰਾਂ ਕਰਨੀਆਂ ਸ਼ੁਰੂ ਕਰ ਦੇਣੀਆਂ ਇਹਨਾਂ ਨੂੰ ਤੇ ਉਹਨੇ ਕਹਿਣਾ ਕੋਈ ਬੋਰੀ ਭਾਰੀ ਦਾ ਚਾਚੀ ਲੈ ਕੇ ਦੇ ਇਹਨਾਂ ਨੂੰ ਆ ਕੇ ਲੈ ਕੇ ਦੇਣ ਦੀਆਂ ਏਦਾਂ ਕਰਨਾ ਇਹਨਾਂ ਨੇ ਸਾਰੇ ਦਿਨ ਹੁੰਦੇ ਪਰ ਬੰਦਾ ਨਹੀਂ ਵਾਪਸ ਆਉਂਦਾ ਸਟੈਂਡ ਚੰਗੀ ਤਰ੍ਹਾਂ ਤਾਂ ਕਰ ਲੋ ਕੀ ਕਰ ਸਕਦੇ ਉਹਨੇ ਨਾਲੇ ਜਾਣਾ ਚਾਹ ਪੀ ਲੈ ਇੱਥੇ ਚਾਹ ਛੱਡ ਗਈ ਪੀ ਗਈ ਆ ਕੰਮ ਆ ਫੋਟੋ ਆ ਗਈ ਵਿੱਚ ਸਿੰਮੋ ਨੇ ਆਪਣਾ ਸਮਾਨ ਵੀ ਰੱਖਤਾ ਆਹੋ खलारा पाया होया महिंदर विखा दा नवे कपड़े सोच रहे हुण की करिए किद्दा लैके जाइए ओह भी बैग सारे रखे सीगे पा के ते हुण सवेरे खोल के वेखण डी हां केड़े खड़ने नाल केड़े नहीं खड़ने इधर भी हजे कपड़े कल धोते फिर हुण फिर मशीन लाई ਸਾਰੀ ਦਿਹਾੜੀ ਕੱਪੜਿਆਂ ਦਾ ਕੰਮ ਹੀ ਨਹੀਂ ਮੁੱਕਦਾ ਤੇ ਕੱਲ੍ਹ ਆਪਾਂ ਚੱਲ ਜਾਣਾ ਆ ਕੱਲ੍ਹ ਸ਼ਾਮੀ ਦੀ ਟ੍ਰੇਨ ਆ ਫਿਰ ਘਰ ਸਾਰਾ ਇੱਦਾਂ ਹੀ ਛੱਡ ਜਾਣਾ ਵਾ ਇੰਨੀ ਸਫਾਈ ਕੀਤੀ ਸੀਗੀ ਤੇ ਕੀ ਕਰੀਏ ਬਹੁਤ ਜ਼ਿਆਦਾ ਹੋਇਆ ਵਾ ਇੱਕ ਇਨਸਾਨ ਦੇ ਜਾਨ ਨਾਲ ਜੋ ਵੀ ਲਾਈਫ ਵਿੱਚ ਸਾਰਾ ਕੁਝ ਹੋਵੇ ਹੈ ਨਾ ਇੱਦਾਂ ਜਦੋਂ ਦੇਖਦੇ ਨਾ ਇੱਦਾਂ ਲੱਗਦਾ ਕਿ ਉਹਨਾਂ ਦੀਆਂ ਅੱਖਾਂ 'ਚ ਹੀ ਮਤਲਬ ਉਹੀ ਇੱਧਰ ਨੂੰ ਹੀ ਦੇਖ ਰਹੇ ਆ ਮੇਰੇ ਵੱਲ ਹੀ ਦੱਸ ਸੱਚੀ ਬੜਾ ਮਹਿਸੂਸ ਜਿਹਾ ਹੁੰਦਾ ਹਜੇ ਇਹਨਾਂ ਨੇ ਬਹੁਤ ਕੰਪਿਊਟਰਾਈਜ਼ਡ ਕਰਤੀ ਇਹ ਫੋਟੋ ਉਹਨਾਂ ਦਾ ਫੇਸ ਰੀਅਲ ਹੋਈ ਤੁਸੀਂ ਸਾਰਿਆਂ ਵੇਖਿਆ ਹੀ ਇੱਦਾਂ ਦਾ ਨਹੀਂ ਸੀ ਬਹੁਤ ਚੇਂਜ ਕਰਤਾ ਆਈਜ਼ ਵੀ ਚੇਂਜ ਕਰਤੀਆਂ ਉੱਦਾਂ ਵੀ ਅਤੇ ਬਹੁਤ ਦੁੱਖ ਲੱਗਦਾ ਵਾ ਸਾਰੇ ਹੁਣ ਕੱਪੜੇ ਕੁੱਪੜਿਆਂ ਦੀ ਸੈਟਿੰਗ ਕਰਨ ਵਾਲੀ ਆ ਅੱਜ ਹੁਣ ਸ਼ਾਮ ਤੱਕ ਮੈਂ ਕਰ ਲਵਾਂਗੀ ਉਹ ਵਲੋਗ ਵੀ ਬਣਾਵਾਂਗੀ ਅਤੇ ਜਾਣ ਦਾ ਵੀ ਉੱਥੇ ਜਾ ਕੇ ਸਿੰਮੂ ਨੂੰ ਸੋਚ ਰਹੇ ਹਾਂ ਸਕੂਲ ਪਾ ਦਈਏ ਕਿਉਂਕਿ
काफ़ी टाइम वड्डी भी हो गई आ हुण ते उहदा विचारी दा स्कूल जिहड़ा मिस हो रहा वा। ओके जी बाय, नैक्सट वलॉग छेती लैके आऊँगी, बस इदा ही प्यार करते रहो। थैंक यू जी ਤੁਹਾਡੇ ਸਾਰਿਆਂ ਦਾ।